ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਲਟਰ ਸੈਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭੈਣ ਭਰਾ ਮੇਥੋਂ ਵੱਡੇ ਬਜ਼ੁਰਗ ਸਾਰਿਆਂ ਨੂੰ ਜੀ ਤੇ ਤੁਹਾਡੇ ਆਪਣੇ ਆਪ ਦੇ ਚੈਨਲ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਆਪਾਂ ਸੁਆਗਤ ਕਰਦੇ ਹਾਂ ਜੀ ਹੁਣ ਕਰੋ ਜੀ ਚੈਨਲ ਦਾ ਵਟਸਐਪ ਨੰਬਰ ਨੋਟਸ ਸਕ੍ਰੀਨ ਤੇ ਹੈ ਜੀ ਜੇ ਕਿਸੇ ਮੇਰੀ ਭੈਣ ਨੇ ਭਰਾ ਨੇ ਬਜ਼ੁਰਗ ਨੇ ਐਡ ਕਰਾਉਣੀ ਹੈ ਜੀ ਕੋਠੀ ਦੀ ਮਕਾਨ ਦੀ ਪਲਾਟ ਦੀ ਤਾਂ ਜਿਹੜਾ ਨੰਬਰ ਆਪਣਾ ਸਕਰੀਨ ਤੇ ਹੈ ਜੀ ਇਸੇ ਨੰਬਰ ਤੇ 10 ਤੋਂ 12 ਫੋਟੋਆਂ ਆ ਜੀ 2-3 ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਆਪਣੇ ਨੰਬਰ ਤੇ ਭੇਜ ਦਿਆ ਕਰੋ ਐਡ ਤੁਹਾਡੀ ਲੱਗ ਜੂਗੀ ਇੱਕ ਬੇਨਤੀ ਹੈ ਜੀ ਜਦੋਂ ਆਪਣੇ ਕੋਲੇ ਕੋਈ ਵੀ ਕੋਠੀ ਮਕਾਨ ਪਲਾੜ ਭੇਜ ਦਿਓ ਉਹਦੀ ਜਾਣਕਾਰੀ ਸਾਰੀ ਦਿਆ ਕਰੋ ਜੀ ਤੇ ਵੀਡੀਓ ਭੇਜਣੀ ਲਾਜ਼ਮੀ ਹੈ ਜੀ ਘੱਟੋ ਘੱਟ 3-4 ਮਿੰਟ ਦੀ ਵੀਡੀਓ ਫੋਨ ਨੂੰ ਟੇਡਾ ਕਰਕੇ ਵਧੀਆ ਸਾਫ ਬਣਾ ਕੇ ਜਰੂਰ ਭੇਜਿਆ ਕਰੋ ਅੱਗੇ ਆਪਾਂ ਕਰਦੇ ਹਾਂ ਜੀ ਵੀਡੀਓ ਸਟਾਰਟ ਜਿੰਨੇ ਮੇਰੇ ਭੈਣਾਂ ਨੇ ਭਰਾਵਾਂ ਨੇ ਬਜ਼ੁਰਗਾਂ ਨੇ ਕਮੈਂਟ ਕਰ ਰੱਖਿਆ ਜੀ ਜੋ ਵੀ ਸੁਭਾਲ ਜਵਾਬ ਕਿਤੇ ਸਾਰਾਂ ਦੇ ਰਿਪਲਾਈ ਆਪਾਂ ਕਰਾਂਗੇ ਲਾਸਟ ਦੇ ਵਿੱਚ ਤੇ ਇੱਕ ਗੱਲ ਹੋਰ ਜੀ ਪਤਾ ਨਹੀਂ ਮੈਂ ਕਿਵੇਂ ਆਖਾਂ ਜੀ ਕਿ ਤੁਸੀਂ ਬਹੁਤ ਸਪੋਰਟ ਕੀਤੀ ਜੀ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ ਮੇਰੇ ਕੋਲੇ ਲਫ਼ਜ਼ ਹੈ ਨਹੀਂ ਜੀ ਮੈਂ ਕੀ ਆਖਾਂ ਬਸ ਇੰਨਾ ਕਹਿ ਸਕਦਾ ਜੀ ਆਪ ਦੀ ਮਿਹਰ ਬਣਾ ਕੇ ਰੱਖਿਓ ਚੈਨਲ ਤੇ ਮੇਰੇ ਤੇ ਤੇ ਵੀਡੀਓ ਤੇ ਤੇ ਇਸੇ ਤਰ੍ਹਾਂ ਆਪਾਂ ਕੰਮ ਕਰਦੇ ਰਾਂਗੇ ਤੁਸੀਂ ਬਹੁਤ ਪਿਆਰ ਦਿੱਤਾ ਜੀ ਦਿਲ ਤੋਂ ਸ਼ੁਕਰੀਆ ਜੀ ਅੱਗੇ ਆਪਾਂ ਕਰਦੇ ਹਾਂ ਜੀ ਕੋਠੀ ਦੀ ਗੱਲ ਕੋਠੀ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਫਰਮਾਇਸ਼ ਤੇ ਬਹੁਤ ਸਾਰੇ ਕਮੈਂਟ ਕੀਤੇ ਸੀਗੇ ਤੁਹਾਡੇ ਫਰਮਾਇਸ਼ ਤੇ ਲੈ ਕੇ ਹਾਜ਼ਰ ਆ ਜੀ ਕਰਦੇ ਹਾਂ ਜੀ ਕੋਠੀ ਦੀ ਗੱਲ ਕੋਠੀ ਦੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਹੈ ਜੀ ਫੋਟੋ ਵੀ ਖਿੱਚ ਕੇ ਭੇਜੀ ਹੈ ਸਾਰੀ ਚੱਲ ਰਹੀ ਹੈ ਜੀ ਕੋਠੀ ਦੀ ਜਾਣਕਾਰੀ ਦਿੰਨਾ ਜੀ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਆ ਨਕਸ਼ੇ ਤੇ ਬਣੀ ਹੋਈ ਹੈ ਜੀ ਕੋਠੀ ਤੇ ਬਹੁਤ ਸੋਹਣੀ ਹੈ ਜੀ ਤੇ ਸਾਰੀ ਤਿਆਰ ਹੈ ਜੀ ਤੇ ਕੋਠੀ ਦੀ ਜਿਹੜੀ ਜਗ੍ਹਾ ਜੀ 300 ਗੱਜ ਜਗ੍ਹਾ ਜੀ 6 ਬਿਸਵੇ ਜਗ੍ਹਾ ਬਣ ਜਾਂਦੀ ਹੈ ਜੀ ਤੇ ਕੋਠੀ ਦੇ ਵਿੱਚ ਦੋ ਬੈਡਰੂਮ ਨੇ ਜੀ ਦੋ ਬਾਥਰੂਮ ਹੈ ਜੀ ਇੱਕ ਆਊਟਸਾਈਡ ਹੈ ਜੀ ਤੇ ਇੱਕ ਇਨਸਾਈਡ ਹੈ ਜੀ ਜਿਹੜਾ ਆਊਟਸਾਈਡ ਹੈ ਉਹ ਤਾਂ ਚੱਲਦਾ ਜੀ ਜਿਹੜਾ ਇਨਸਾਈਡ ਉਹ ਨਹੀਂ ਚੱਲਦਾ ਜੀ ਇੱਕ ਸਟੋਰੂਮ ਹੈ ਜੀ ਇੱਕ ਕਿਚਨ ਹੈ ਡਰਾਈੰਗ ਰੂਮ ਹੈ ਜੀ ਤੇ ਵਧੀਆ ਕੋਠੀ ਹੈ ਜੀ ਕੋਠੀ ਨੂੰ ਕੱਲਾ ਪੇਂਟ ਨਹੀਂ ਹੋਇਆ ਜੀ ਬਾਕੀ A to Z ਸਾਰੀ ਕੋਠੀ ਕੰਪਲੀਟ ਹੈ ਮੋਟਰ ਵਗੈਰਾ ਅੰਦਰ ਲੱਗੀ ਹੋਈ ਹੈ ਜੀ ਪਾਣੀ ਦੀ ਕੋਈ ਕਮੀ ਨਹੀਂ ਲਾਈਟਿੰਗ ਫਿਟਿੰਗ ਦਾ ਸਾਰਾ ਕੰਮ ਹੋਇਆ ਕੋਠੀ 'ਚ ਤੇ ਵਧੀਆ ਫਿਟਿੰਗ ਹੋਈ ਹੈ ਜੀ ਵਧੀਆ ਲਾਈਟਿੰਗ ਦਾ ਕੰਮ ਹੋਇਆ ਜੀ ਕਿਸੇ ਪਾਸੋਂ ਕੋਈ ਕਮੀ ਨਹੀਂ ਬਿਹੜਾ ਪੱਕਾ ਜੀ ਇੱਕ ਪਾਸੇ پارک ਵਾਲੀ ਥਾਂ ਬਣੀ ਹੋਈ ਹੈ ਜੀ ਤੇ پارک ਏਰੀਆ ਚ ਤੇ ਵਧੀਆ ਕੋਠੀਆਂ ਬਾਕੇ ਤੁਹਾਡੇ ਸਾਹਮਣੇ ਜੀ ਤੇ ਇਹਦੀ ਡਿਮਾਂਡ ਹੈ ਜੀ 29 ਲੱਖ ਕੋਠੀ ਦੀ ਤੇ ਲੋਡ ਕਰਕੇ ਵਿਕਾਊ ਹੈ ਜੀ ਤੇ ਇਹਨਾਂ ਦਾ ਏਰੀਆ ਜੀ ਜਿੱਥੇ ਕੋਠੀ ਹੈ ਸੰਗਰੂਰ ਤੋਂ ਬਰਨਾਲੇ ਰੋਡ ਤੇ ਇਹਨਾਂ ਦਾ ਪਿੰਡ ਹੈ ਜੀ ਸੰਗਰੂਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਉੱਥੇ ਆਹ ਕੋਠੀਆਂ ਚ ਕੋਠੀ ਦੇ ਨੇੜੇ ਜਿਮ ਬੈਂਕ ਬੱਸ ਸਟੈਂਡ ਹਰੇਕ ਚੀਜ਼ ਹੈਗੀ ਹੈ ਜੀ 29 ਲੱਖ ਡਿਮਾਂਡ ਹੈ ਜੀ ਬਾਕੀ ਮਾਲਕ ਵੀਰ ਕਹਿੰਦੇ ਸੀ ਕਿ ਮੌਕੇ ਤੇ ਬਹਿ ਕੇ ਕਰ ਲਾਂਗੇ ਤੇ ਰਜਿਸਟਰੀ ਵਾਲੀ ਥੈ ਜੀ ਤੁਹਾਡੇ ਨਾਮ ਤੇ ਸਿੱਧੇ ਰਜਿਸਟਰੀ ਹੋ ਚੁੱਕੀ ਆ ਕਿ ਕੋਠੀ ਬਹੁਤ ਸੋਹਣੀ ਹੈ ਜੀ ਵਧੀਆ ਫਰਸ਼ ਵਗੈਰਾ ਲੱਗਿਆ ਹੋਇਆ ਜੀ ਕੋਈ ਮਾਲਕ ਵੀਰ ਨੇ ਕਮੀ ਪੇਸ਼ੀ ਨਹੀਂ ਛੱਡੀ ਬਾਕੀ ਬਹੁਤ ਵਧੀਆ ਕੋਠੀ ਹੈ ਜੀ ਮੇਨ ਗੇਟ ਲੱਗਿਆ ਹੋਇਆ ਪੂਰਾ ਵਧੀਆ ਤੇ ਵਧੀਆ ਕੋਠੀ ਹੈ ਜੀ ਬਾਕੀ ਕਿਸੇ ਵੀ ਨੂੰ ਪਸੰਦ ਆਈ ਹੋਵੇ ਤਾਂ ਜਾ ਕੇ ਦੇਖ ਸਕਦੇ ਹੋ 29 ਲੱਖ ਡਿਮਾਂਡ ਹੈ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰੋ ਨੰਬਰ ਹੈ ਜੀ 70 597 73000 ਪੂਰਾ ਜੀ ਬਾਕੀ ਨੰਬਰ ਸਕਰੀਨ ਤੇ ਵੀ ਲਿਖਿਆ ਰਿਹਾ ਜੀ ਦੁਬਾਰਾ ਤੋਂ ਫਿਰ ਤੋਂ ਬੋਲ ਦਿੰਨਾ ਜੀ 70597 73000 ਪੂਰਾ ਜੀ ਤੇ ਜਿਹੜੇ ਮਾਲਕ ਦੀ ਕੋਠੀ ਹੈ ਉਹਨਾਂ ਦਾ ਨਾਮ ਹੈ ਜੀ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਦੀ ਕੋਠੀ ਹੈ ਜੀ ਵਧੀਆ ਟਾਪ ਦੀ ਕੋਠੀ ਹੈ ਬਾਕੀ ਤੁਸੀਂ ਦੇਖ ਰਹੇ ਹੋ ਜੀ ਬਾਕੀ ਇਹਨਾਂ ਨੂੰ ਫੋਨ ਕਰ ਲਿਓ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਲੈ ਸਕਦੇ ਹੋ ਬਾਕੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਫੋਟੋਆਂ ਵਗੈਰਾ ਮੰਗਵਾਉਣੀਆਂ ਹੋਣ ਵੀਡੀਓ ਮੰਗਵਾਣੀ ਹੋਵੇ ਆਪਦੇ ਵਟਸਐਪ ਤੇ ਤੁਸੀਂ ਮੰਗਵਾ ਸਕਦੇ ਹੋ ਜੀ ਤੇ ਅੱਗੇ ਆਪਾਂ ਕਰਦੇ ਹਾਂ ਜੀ ਹੁਣ ਕਮੈਂਟਾਂ ਦੀ ਗੱਲ ਜਿੰਨੇ ਤੁਸੀਂ ਕਮੈਂਟ ਕੀਤੇ ਆ ਜੀ ਹਰੇਕ ਵੀਡੀਓ ਤੇ ਤੁਹਾਡੇ ਰਿਪਲਾਈ ਕਰਦੇ ਆ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਕਮੈਂਟ ਪਹੁੰਚਿਆ ਜੀ ਜਗਤਾਰ ਸਿੰਘ ਦਾ ਕਹਿੰਦੇ ਆ ਜੀ ਮਲੋਟ ਕਹਿੰਦੇ ਆ ਜੀ ਮਲੋਟ ਜਾਂ ਮੁਕਤਸਰ ਵਿੱਚ ਕੋਈ ਦੱਸੋ ਜੀ ਜ਼ਰੂਰ ਦੱਸਾਂਗੇ ਜੀ ਅੱਗੇ ਮੇਰੀ ਭੈਣ ਰਣਜੀਤ ਕੌਰ ਦਾ ਕਮੈਂਟ ਪਹੁੰਚਿਆ ਕਹਿੰਦੇ ਵੀਰ ਜੀ ਮੋਗੇ ਵਿੱਚ ਦੱਸੋ ਜੀ ਮੋਗੇ ਚੋਂ ਵੀ ਜ਼ਰੂਰ ਦੱਸਾਂਗੇ ਜੀ ਤੇ ਅਗਲਾ ਕਮੈਂਟ ਆਪਣੀ ਕੋਲੇ ਸਤਨਾਮ ਕੋਰ ਦਾ ਕਹਿੰਦੀ ਅਸੀਂ ਲੁਧਿਆਣੇ ਵਿੱਚ ਕੋਈ ਕੋਠੀ ਹੋ ਵੀ ਤਾਂ ਦੱਸਿਓ ਪਲੀਜ਼ ਜ਼ਰੂਰ ਸਤਨਾਮ ਕੋਰ ਜੀ ਜ਼ਰੂਰ ਦੱਸਾਂਗੇ ਕੋਈ ਆਪਣੀ ਕੋਲੇ ਲੁਧਿਆਣੇ ਤੋਂ ਕੋਠੀ ਆਈ ਤਾਂ ਦੱਸਾਂਗੇ ਬਾਕੀ ਇੱਕ ਦੋ ਕੋਠੀਆਂ ਆਪਾਂ ਪਾ ਰੱਖਿਆ ਤੁਸੀਂ ਉਹ ਚੈੱਕ ਕਰ ਲਓ ਤੇ ਸਰਬਨ ਸਿੰਘ ਕਹਿੰਦੇ ਬਹੁਤ ਸੋਹਣੀ ਕੋਠੀ ਜੀ ਧੰਨਵਾਦ ਜੀ ਤੇ ਮਿਸਟਰ ਗੁਲਸ਼ਨ ਕਹਿੰਦੇ ਗੀ ਤਲਵੰਡੀ ਭਾਈ ਦੀ ਦੱਸੋ ਕੋਈ 15 ਤੋਂ 20 ਲੱਖ ਤੱਕ ਕੋਠੀ ਜ਼ਰੂਰ ਜੀ ਤੇ ਕਿਹੜੇ ਏਰੀਆ ਚ ਪੈ ਜਾਂਦਾ ਜੀ ਤਲਵੰਡੀ ਭਾਈ ਮੈਨੂੰ ਦੱਸ ਦਿਓ ਕਮੈਂਟ ਕਰਕੇ ਤੇ ਤੁਹਾਡੇ ਲਈ ਲੱਭ ਕੇ ਕੋਈ ਕੋਠੀ ਮੈਂ ਪਾ ਦੂਗਾ ਜੀ ਤੇ ਜਸ਼ਮਨ ਸਿੰਘ ਕਹਿੰਦੇ ਨਾਈਸ ਧੰਨਵਾਦ ਜੀ ਸੀਮਾ ਕਹਿੰਦੇ ਅਗੀ ਸਰ ਲੁਧਿਆਣੇ ਵਿੱਚ 12-13 ਲੱਖ ਤੱਕ ਹੋਵੇ ਤਾਂ ਕੋਠੀ ਦੱਸਿਓ ਜੀ ਜਰੂਰ ਜੀ ਤੇ ਮਨਦੀਪ ਕਹਿੰਦੇ ਵੀਰ ਜੀ ਆਪ ਕਹਾਂ ਸੇ ਹੋ ਔਰ ਮਕਾਨ ਕੀ ਐਡ ਕਹਾਂ ਸੇ डालते ਹੋ ਮੈਂ ਆਪ ਤਾਂ ਹੈਗਾ ਜੀ ਮਾਨਸਾ ਏਰੀਆ ਚੋਂ ਮਾਨਸਾ ਮੇਰਾ ਏਰੀਆ ਜੀ ਤੇ ਕੋਠੀ ਮੈਂ ਹਰੇਕ ਥਾਂ ਤੋਂ ਪਾ ਦੇਣਾ ਜੀ ਜਿੱਥੋਂ ਮੇਰੇ ਕੋਲੇ ਆ ਜੀ ਤੇ ਉੱਥੋਂ ਮੈਂ ਕੋਠੀ ਪਾ ਦੇਣਾ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਹੈਗਾ ਜੀ ਜਸਬੀਰ ਕੌਰ ਦਾ ਕਹਿੰਦੇ ਆ ਜੀ ਮਾਨਸਾ ਕੋਠੀ ਹੋਵੇ ਤਾਂ ਦੱਸਿਓ ਜੀ ਮਾਨਸਾ ਤੋਂ ਆਪਾਂ ਕੋਠੀ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਜਸਬੀਰ ਕੌਰ ਜੀ ਬਾਕੀ ਇੱਕ ਦੋ ਕੋਠੀਆਂ ਆਪਾਂ ਪਾਈਆਂ ਵੀ ਸੀਗੀਆਂ ਮਾਨਸਾ ਏਰੀਆ ਚੋਂ ਤਿੰਨ ਚਾਰ ਦਿਨ ਪਹਿਲਾਂ ਜੇ ਤੁਸੀਂ ਚੈੱਕ ਕਰੋਗੇ ਜੇ ਚੈੱਕ ਨਹੀਂ ਕਰ ਸਕਦੇ ਤਾਂ ਇੱਕ ਦੋ ਦਿਨ ਤੱਕ ਵੇਟ ਕਰ ਲਓ ਕੋਈ ਕੋਠੀ ਆਈ ਤਾਂ ਤੁਹਾਨੂੰ ਜ਼ਰੂਰ ਦੱਸ ਦਊਗਾ ਜੀ ਤੇ ਵਿੱਕੀ ਸਿੰਧੂ ਕਹਿੰਦੀ ਅੱਗੇ ਕੀ ਰੇਟ ਹੈ ਜੀ ਕੋਠੀ ਦਾ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਕੀਤਾ ਜੀ ਉਹ ਵੀਡੀਓ ਨੂੰ ਪੂਰੀ ਚੈੱਕ ਕਰੋ ਜੀ ਵਿੱਚ ਰੇਟ ਵੀ ਦੱਸਿਆ ਹੋਇਆ ਕਿੱਥੇ ਕੋਠੀ ਹੈ ਕੀ ਕੁਛ ਹੈ ਸਾਰਾ ਕੁਝ ਦੱਸਿਆ ਹੋਇਆ ਜੀ ਤੁਸੀਂ ਵੀਡੀਓ ਨੂੰ ਚੈੱਕ ਕਰੋ ਜੀ ਪੂਰੀ ਜੀ ਤੇ ਕਿਟਕੌਰ ਕਹਿੰਦੀ ਅੱਗੇ ਜੀ ਬਿਰੋ ਲੁਧਿਆਣੇ ਚ ਦੱਸੋ ਜੀ ਆਹ ਭੈਣ ਮੇਰੀਏ ਲੁਧਿਆਣੇ ਚ ਆਪਾਂ ਕੋਠੀਆਂ ਦੋ ਤਿੰਨ ਪਾਈਆਂ ਹੋਈਆਂ ਤੇ ਇੱਕ ਦੋ ਕੋਠੀਆਂ ਆਪਣੇ ਕੋਲੇ ਆਈਆਂ ਵੀ ਹੋਈਆਂ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਤੁਸੀਂ ਪੁਰਾਣੀਆਂ ਕੋਠੀਆਂ ਜਿਹੜੀਆਂ ਪਾਈਆਂ ਹੋਈਆਂ ਉਹ ਘਾ ਟ੍ਰੇਡ ਦੀਆਂ ਉਹ ਦੇਖ ਲਓ ਬਾਕੀ ਹੋਰ ਵੀ ਆਈਆਂ ਉਹਨਾਂ ਦੀ ਐਡ ਵੀ ਮੈਂ ਕਰ ਦੂਆ ਉਹ ਵੀ ਤੁਸੀਂ ਦੇਖ ਲਓ ਜੀ ਕਿਸੇ ਪਾਸੋਂ ਕੋਈ ਗੱਲ ਬਣੀ ਤਾਂ ਦੇਖ ਲਓ ਜੀ ਖਰੀਦ ਸਕਦੇ ਹੋ ਨੈਸਟ ਆਪਣੇ ਕੋਲੇ ਭਵਿੰਦਰ ਸਿੰਘ ਕਹਿੰਦੇ ਆ ਨਾਈਸ ਬ੍ਰੋ ਧੰਨਵਾਦ ਜੀ ਨੈਸਟ ਆਪਣੇ ਕੋਲੇ ਕਮੈਂਟ ਹੈ ਜੀ ਜਸਕਰਨ ਬਰਾੜ ਦਾ ਕਹਿੰਦਾ ਵੀਰ ਜੀ ਮੋਗੇ ਵਿੱਚ ਹੋਵੇ ਤਾਂ ਦੱਸੋ ਜੀ 24 25 ਲੱਖ ਤੱਕ ਹੋਵੇ ਜਰੂਰ ਮੇਰੇ ਵੀਰ ਜਰੂਰ ਦੱਸੂਗਾ ਮੱਖਣ ਸਿੰਘ ਕਹਿੰਦੇ ਆ ਅੰਮ੍ਰਿਤਸਰ ਤੋਂ ਦੱਸੋ ਜੀ ਜ਼ਰੂਰ ਜੀ ਆਪਾਂ 1-2 ਕੋਠੀਆਂ ਪਾਈਆਂ ਹੋਈਆਂ ਜੀ 1-2 ਤੱਕ ਜੀ ਬਹੁਤ ਸਾਰੀਆਂ ਕੋਠੀਆਂ ਪਾਈਆਂ ਹੋਈਆਂ ਥੋੜੇ ਦਿਨ ਪਹਿਲਾਂ ਆਈਆਂ ਸੀਆਂ 3-4 ਕੋਠੀਆਂ ਆਪਾਂ ਪਾਈਆਂ ਸੀਆਂ ਉਹ ਤੁਸੀਂ ਚੈੱਕ ਕਰੋ ਜੀ ਤੇ ਹਰਮਨ ਕਹਿੰਦੇ ਅੱਗੇ ਹੁਸ਼ਿਆਰਪੁਰ ਚ ਦੱਸੋ ਜੀ ਜ਼ਰੂਰ ਜੀ ਤੇ ਆਪਣੇ ਕੋਲੇ ਨਾ ਬਹੁਤ ਸਾਰੇ ਕਮੈਂਟ ਆਏ ਸੀਗੇ ਜੀ ਸੰਗਰੂਰ ਤੋਂ ਕੋਠੀ ਵਸਤੇ ਜੀ ਤੇ ਤੁਹਾਡੀ ਫਰਮਾਇਸ਼ ਤੇ ਲੈ ਕੇ ਹਾਜ਼ਰ ਆ ਜੀ ਤੇ ਅੱਜ ਮੈਂ ਦੇਖਦਾ ਜੀ ਸਭ ਤੋਂ ਵੱਧ ਕਿਹਰੇ ਏਰੀਆ ਚੋਂ ਕਮੈਂਟ ਆਏ ਆਪਾਂ ਉਹ ਤੋਂ ਕੋਠੀ ਲੈ ਕੇ ਹਾਜ਼ਰ ਹੋ ਜਾਗੇ ਜੀ ਬਾਕੀ ਹਰੇਕ ਤਾਂ ਤੋਂ ਆਪਣੇ ਕੋਲੇ ਕੋਠੀ ਆਉਂਦੀ ਰਹਿੰਦੀ ਹੈ ਜੀ ਤੇ ਮੈਂ ਜਲਦੀ ਤੋਂ ਜਲਦੀ ਹਰੇਕ ਕੋਠੀ ਪਾਉਣ ਦੀ ਕੋਸ਼ਿਸ਼ ਕਰਦਾ ਜੀ ਕੋਸ਼ਿਸ਼ ਕਰਦਾ ਮੈਂ ਸਾਰੇ ਮੇਰੇ ਭੈਣਾਂ ਦੇ ਭਰਾਵਾਂ ਦੀ ਜਿਹੜੀ ਫਰਮਾਇਸ਼ ਪੂਰੀ ਕਰ ਸਕਾਂ ਜੀ ਬਾਕੀ ਜਿੰਨੇ ਕਮੈਂਟ ਰਹਿ ਗਏ ਆਪਾਂ ਕੱਲ੍ਹ ਵਾਲੀ ਵੀਡੀਓ ਚ ਪੜ੍ਹ ਦਾਂਗੇ ਜਿਹੜੇ ਅੱਜ ਕਮੈਂਟ ਸੀਗੇ ਮੇਰੇ ਭੈਣਾਂ ਦੇ ਮੇਰੇ ਭਰਾਵਾਂ ਦੇ ਮੈਥੋਂ ਵੱਡੇ ਬਜ਼ੁਰਗਾਂ ਦੇ ਬਹੁਤ ਸੋਹਣੇ ਕਮੈਂਟ ਸੀਗੇ ਜੀ ਬਹੁਤ ਸੋਹਣੇ ਕਮੈਂਟ ਕਰਦੋਂ ਬਹੁਤ ਖੁਸ਼ੀ ਹੁੰਦੀ ਹੈ ਜੀ ਐਵੇਂ ਨਹੀਂ ਗੱਲ ਕਰਦਾ ਜੀ ਮੈਂ ਵੀ ਐਂ ਕਹੀਏ ਨੇ ਸੱਚੇ ਦਿਲ ਤੋਂ ਕਹਿੰਦਾ ਜੀ ਸੱਚੇ ਦਿਲ ਤੋਂ ਕਹਿੰਨਾ ਬਹੁਤ ਸੋਹਣੇ ਕਮੈਂਟ ਕਰਦੋਂ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਨੇ ਹੋ ਚੈਨਲ ਨੂੰ ਵੀਡੀਓ ਨੂੰ ਐਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਾਂਗੇ ਜੀ ਬਾਕੀ ਜਿੰਨੇ ਮੇਰੇ ਭੈਣ ਭਰਾ ਮੈਥੋਂ ਵੱਡੇ ਬਜ਼ੁਰਗ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਤੇ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੋਂ ਜੀ ਤਾਂ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਵੇ ਜਿੱਤੇ ਸਬਸਕ੍ਰਾਈਬ ਲਿਖਿਆ ਜੀ ਉਹਨੂੰ ਕਲਿੱਕ ਕਰਦੋਂ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਕਰਦੋਂ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾ ਬਾਕੀ ਹੁਣ ਦੋ ਜੀ ਇਜਾਜ਼ਤ ਮਿਲਦੀਆਂ ਜੀ ਨਵੀਂ ਕੋਠੀ ਨਵੀਂ ਮਕਾਨ ਦੇ ਨਾਲ ਜੀ ਬਾਕੀ ਆਪ ਦਾ ਪਿਆਰ ਮੇਰੇ ਤੇ ਰੱਖੋ ਜੀ ਇਸੇ ਤਰ੍ਹਾਂ ਬਾਕੀ ਮੋ ਸਪੋਰਟ ਕਰਦੇ ਹੋ ਧੰਨਵਾਦ ਜੀ ਲਫ਼ਜ਼ ਹੈ ਨਹੀਂ ਮੇਰੇ ਕੋਲੇ ਜੀ ਆਖਿਆ ਹੀ ਗੱਲ ਕਹੀ ਜਾਣੇ ਜੀ ਬਾਕੀ ਮਿਲਦੇ ਜੀ ਜਲਦੀ ਜੀ